ਡਾਕਟਰ ਦਲੀਪ ਘੋਟਿਵਾਨ ਅਨੰਦ ਨੋਵਲ ਜਨਮ ਜੁਵੇ ਹਰੀਆ ਦਾ ਪੰਜਵਾਂ ਅੰਕ ਮਹੀਨੇ ਕੁ ਮਗਰੋਂ ਇੱਕ ਦਿਨ ਰਾਤ ਵੇਲੇ ਖਾਣਾ ਖਾ ਚੁੱਕਣ ਮਗਰੋਂ ਜਦੋਂ ਬੱਚੇ ਸੌਂ ਗਏ ਸੰਤਾ ਪੂਜਾ ਕੋਈ ਟੀਵੀ ਤੇ ਸੀਰੀਅਲ ਦੇਖ ਰਹੀ ਸੀ ਸੌਣ ਤੋਂ ਪਹਿਲਾਂ ਦੁੱਧ ਦਾ ਕੱਪ ਪੀਂਦਾ ਹੋਇਆ ਆਨੰਦ ਵੀ ਉਹਦੇ ਕੋਲ ਆ ਕੇ ਬੈਠ ਗਿਆ ਪੂਜਾ ਨੇ ਪੁੱਛਿਆ ਕਿਹੜਾ ਚੈਨਲ ਲਾਵਾਂ ਮੈਨੂੰ ਤਾਂ ਟੀਵੀ ਦੀ ਬਕਬਕ ਉੱਕਾ ਪਸੰਦ ਨਹੀਂ ਬਹੁਤਾ ਜ਼ੋਰ ਰਿਸ਼ਤੇ ਆਂ ਉੱਪਰ ਹੁੰਦਾ ਹੈ ਜਾਂ ਫਿਰ ਔਰਤਾਂ ਦੇ ਘਰੋਗੀ ਮਸਲੇ ਕਦੇ ਕੋਈ ਚੱਜ ਦੀ ਗੱਲ ਤੁਸੀਂ ਟੀਵੀ ਤੇ ਨਹੀਂ ਦੇਖੋਗੇ ਆਨੰਦ ਬੋਲਿਆ ਟੀਵੀ ਸਾਡੀ ਜ਼ਿੰਦਗੀ ਨੂੰ ਹੀ ਪੇਸ਼ ਕਰਦਾ ਹੈ ਜਿਹੋ ਜੀ ਸਾਡੀ ਜ਼ਿੰਦਗੀ ਉਹੋ ਜੀ ਪੇਸ਼ ਕਰੀ ਪੂਜਾ ਬੋਲੀ ਇਹਦੇ ਨਾਲ ਹੀ ਜੇ ਅਸੀਂ ਚੰਗੇ ਪ੍ਰੋਗਰਾਮ ਮੰਗੀਏ ਤਾਂ ਚੰਗੇ ਬਣਨ ਲੱਗ ਜਾਣ ਮੇਰਾ ਖਿਆਲ ਹੈ ਕਿ ਸੇ ਚੰਗੇ ਪ੍ਰੋਗਰਾਮ ਦੀ ਆਸ ਤੇ ਲੋਕੀਂ ਮੂੰਹ ਚੁੱਕੀ ਭੜੇ ਪ੍ਰੋਗਰਾਮ ਹੀ ਦੇਖਦੇ ਰਹਿੰਦੇ ਆ ਆਨੰਦ ਬੋਲਿਆ ਚਲੋ ਬੰਦ ਕਰ ਦਿੰਦੇ ਆ ਆਖ ਕੇ ਪੂਜਾ ਨੇ ਟੀਵੀ ਬੰਦ ਕਰ ਦਿੱਤਾ ਹਾਂ ਸੱਚ ਮੈਂ ਤੁਹਾਨੂੰ ਦੱਸਣਾ ਸੀ ਚੈਰੀ ਦਾ ਐਕਸੀਡੈਂਟ ਹੋ ਗਿਆ ਬਚ ਗਈ ਸੱਟਾਂ ਕਾਫੀ ਲੱਗੀਆਂ ਨੇ ਪੂਜਾ ਨੇ ਦੱਸਿਆ ਕਿਵੇਂ ਹੋ ਗਿਆ ਆਨੰਦ ਨੇ ਪੁੱਛਿਆ ਆਪ ਹੀ ਡਰਾਈਵ ਕਰਕੇ ਸਕੂਲ ਜਾ ਰਹੀ ਸੀ ਕਿ ਆਪ ਹੀ ਬੇਧਿਆਨੀ ਕਿਸੇ ਦੀ ਗੱਡੀ 'ਚ ਗੱਡੀ ਪਾਰੀ ਪੂਜਾ ਬੋਲੀ ਸਟਾਂਕੀ ਨੀਅੰਕ ਲੱਗੀਆਂ ਆਨੰਦ ਨੇ ਮੁੜ ਕੇ ਪੁੱਛਿਆ ਇੱਕ ਬਾਹਾਂ ਟੁੱਟ ਗਈ ਇੱਕ ਦੋ ਥਾਂ ਤੇ ਸ਼ੀਸ਼ਾ ਵੱਜ ਗਿਆ ਅਮਰ ਹਸਪੀਟਲ 'ਚ ਦਾਖਲ ਹੈ ਪੂਜਾ ਨੇ ਦੱਸਿਆ ਹੈ ਹੀ ਤੇਰੀ ਸੇਲੀ ਅਨ ਇੰਟੈਲੀਜੈਂਟ ਆਨੰਦ ਨੇ ਆਖਿਆ ਨਹੀਂ ਅਨ ਇੰਟੈਲੀਜੈਂਟ ਨਹੀਂ ਸ਼ਕਲ ਤਾਂ ਉਹਦੀ ਕਮਾਲ ਦੀ ਹੈ ਕਾਲਜ 'ਚ ਬਥੇਰੇ ਮੁੰਡੇ ਮਰਦੇ ਸੀ ਉਸ ਉੱਤੇ ਪੂਜਾ ਬੋਲੀ ਠੀਕ ਹੈ ਚੰਗੀ ਹੈ ਪਰ ਐਸੀ ਕੋਈ ਐਕਸਟਰਾ ਆਰਡਨਰੀ ਵੀ ਨਹੀਂ ਆਨੰਦ ਬੋਲਿਆ ਸ਼ਾਮ ਨੂੰ ਤਾਂ ਜ਼ਰੂਰੀ ਮੀਟਿੰਗ ਹੈ ਜੇ ਤੂੰ ਆਖੇ ਤਾਂ ਆਪਾਂ ਸਵੇਰੇ 10 ਵਜੇ ਜਾ ਸਕਦੇ ਹਾਂ ਨਹੀਂ ਤਾਂ ਤੂੰ ਇਕੱਲੀ ਜਾਹੀਂ ਆਨੰਦ ਬੋਲਿਆ ਠੀਕ ਹੈ ਕੱਲ 10 ਵਜੇ ਚੱਲੇ ਚੱਲਾਂਗੇ ਫੋਨ ਕਰਕੇ ਤਾਂ ਮੈਂ ਪ੍ਰਕਾਸ਼ ਭਾਈ ਸਾਹਿਬ ਤੋਂ ਪੁੱਛ ਹੀ ਲਿਆ ਸੀ ਕਿ ਚੈਰੀ ਦਾ ਕੀ ਹਾਲ ਹੈ ਉਹ ਦੱਸਦੇ ਸੀ ਸੱਟਾਂ ਤਾਂ ਉਨੀਆਂ ਨਹੀਂ ਜਿੰਨੀ ਉਹ ਕਬਰਾਂ ਗਈ ਹੋਈ ਹੈ ਦਫਤਰ ਜਾ ਰਹੀ ਸੀ ਬਸ ਇੰਨਾ ਹੀ ਦੱਸਿਆ ਜਨਾਨੀ ਹਸਪਤਾਲ ਚ ਹੈ ਉਸ ਕੰਜਰ ਨੂੰ ਦਫਤਰ ਦੀ ਭਈ ਹੋਈ ਹੈ ਆਨੰਦ ਨੇ ਆਖਿਆ ਜਨਾਨੀਆਂ ਦੀ ਲੋਕਾਂ ਨੂੰ ਬਸ ਇੰਨੀ ਕੋਈ ਪਰਵਾਹ ਹੁੰਦੀ ਹੈ ਪੂਜਾ ਨੇ ਹੱਸ ਕੇ ਆਖਿਆ ਐਸੀ ਗੱਲ ਨਹੀਂ ਤੇਰੀ ਤਾਂ ਮੈਂ ਬਹੁਤ ਪਰਵਾਹ ਕਰਦਾ ਆਨੰਦ ਨੇ ਹੱਸ ਕੇ ਆਖਿਆ ਇਸ ਲਈ ਕਿ ਮੈਂ ਨਾ ਹੋਵਾਂ ਤਾਂ ਨਾ ਤੁਹਾਨੂੰ ਟਾਈਮ ਸਿਰ ਜਾਗ ਆਵੇ ਨਾ ਤੁਹਾਨੂੰ ਵਰਦੀ ਤਿਆਰ ਮਿਲੇ ਨਾ ਤੁਹਾਡੇ ਬੱਚੇ ਟਾਈਮ ਸਿਰ ਸਕੂਲ ਜਾ ਸਕਣ ਨਾ ਘਰ 'ਚ ਤੁਹਾਡੇ ਪਸੰਦ ਦਾ ਖਾਣਾ ਬਣ ਸਕੇ ਇਸ ਲਈ ਪੂਜਾ ਨੇ ਉਸੇ ਤਰ੍ਹਾਂ ਹੱਸ ਕੇ ਜਵਾਬ ਦਿੱਤਾ ਮੈਂ ਪੂਜਾ ਇਹ ਗੱਲ ਪੁੱਛਣੀ ਚਾਹਨਾ ਕਿ ਤੂੰ ਮੰਨਦੀ ਹੈ ਕਿ ਰੱਬ ਸੱਚਮੁੱਚ ਕਿਧਰੇ ਹੈ ਆਨੰਦ ਨੇ ਟੀਵੀ ਕੋਲੋਂ ਉੱਠ ਕੇ ਬੈਡਰੂਮ ਵੱਲ ਜਾਂਦੇ ਪੁੱਛਿਆ ਕੁਝ ਲੋਕਾਂ ਲਈ ਰੱਬ ਹੈ ਕੁਝ ਲੋਕਾਂ ਲਈ ਨਹੀਂ ਆਖ ਕੇ ਪੂਜਾ ਨੇ ਗੱਲ ਮੁਕਾ ਦਿੱਤੀ ਅਗਲੇ ਦਿਨ ਬੱਚਿਆਂ ਨੂੰ ਸਕੂਲ ਭੇਜ ਕੇ ਨਾਸ਼ਤਾ ਕਰਕੇ ਤਿਆਰ ਹੋ ਕੇ ਦੋਵੇਂ ਚੈਰੀ ਦੀ ਖਬਰ ਲੈਣ ਲਈ ਹਸਪਤਾਲ ਗਈ ਸਪੈਸ਼ਲ ਰੂਮ ਚ ਚਿੱਟੀਆਂ ਚਾਦਰਾਂ 'ਚ ਪਈ ਚੈਰੀ ਬੜੀ ਕਮਜ਼ੋਰ ਤੇ ਪੀਲੀ ਦਿਸ ਰਹੀ ਸੀ ਪੂਜਾ ਤੇ ਆਨੰਦ ਨੂੰ ਆਇਆ ਦੇਖ ਕੇ ਖੁਸ਼ ਹੋ ਗਈ ਉਹਨੂੰ ਇਕੱਲੀ ਪਈ ਦੇਖ ਪੂਜਾ ਪੁੱਛਣਾ ਤਾਂ ਚਾਹੁੰਦੀ ਸੀ ਕਿ ਪ੍ਰਕਾਸ਼ ਭਾਈ ਸਾਹਿਬ ਕਿੱਥੇ ਨੇ ਪਰ ਉਹਨੂੰ ਪਤਾ ਸੀ ਉਹ ਜੇਲ੍ਹ ਗਿਆ ਹੋਵੇਗਾ ਇਸ ਲਈ ਚੁੱਪ ਕਰ ਗਈ ਚੈਰੀ ਜਿਵੇਂ ਉਹਦੇ ਮਨ ਦਾ ਸਵਾਲ ਸਮਝ ਗਈ ਬੋਲੀ ਕਹਿੰਦੇ ਸੀ ਛੇਤੀ ਆ ਜਾਵਾਂਗਾ ਪਰ ਕੀ ਪਤਾ ਜੇ ਪ੍ਰਕਾਸ਼ ਸਾਹਿਬ ਵਿਲੇ ਨਹੀਂ ਤਾਂ ਖਾਦਮ ਨੂੰ ਹੁਕਮ ਕਰੋ ਬੰਦਾ ਹਾਜ਼ਰ ਹੈ ਆਨੰਦ ਨੇ ਮਜ਼ਾਕ ਵਾਂਗ ਆਖਿਆ ਹੁਣ ਜੇ ਤਾਂ ਡਰਾਈਵਰ ਤੇ ਉਹਦੀ ਘਰ ਵਾਲੀ ਇੱਥੇ ਹੀ ਹਨ ਕੱਲ ਦੇ ਹੁਣੇ ਮੈਂ ਆਪ ਹੀ ਉਹਨਾਂ ਨੂੰ ਘਰ ਭੇਜਿਆ ਕਿ ਕੁਝ ਖਾ ਪੀ ਆਉਣ ਚੈਰੀ ਬੋਲੀ ਮੱਥੇ ਤੇ ਵੀ ਸ਼ੀਸ਼ਾ ਵੱਜਿਆ ਚੈਰੀ ਦੇ ਸਿਰ ਤੇ ਬੰਨੀ ਪੱਟੀ ਵਾਲੇ ਇਸ਼ਾਰਾ ਕਰਕੇ ਪੂਜਾ ਬੋਲੀ ਹਾਂ ਚੈਰੀ ਨੇ ਦੱਸਿਆ ਜ਼ਖਮ ਤਾਂ ਭਰ ਜਾਏਗਾ ਡਾਕਟਰ ਨੂੰ ਆਖਣਾ ਇੱਕ ਗੱਲ ਇਹ ਖਿਆਲ ਰੱਖੇ ਕਿ ਦਾਗ ਨਾ ਪਵੇ ਆਨੰਦ ਨੇ ਆਖਿਆ ਤੇ ਫਿਰ ਆਪਣੀ ਆਖੀ ਗੱਲ ਨੂੰ ਸਧਾਰਨ ਬਣਾਉਣ ਦੀ ਖਾਤਰ ਬੋਲਿਆ ਔਰਤਾਂ ਲਈ ਤਾਂ ਆਪਣੀ ਬਿਊਟੀ ਸਭ ਕੁਝ ਹੁੰਦੀ ਹੈ। ਲੱਗਦਾ ਹੈ ਚੈਰੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਪੂਜਾ ਨੇ ਹੱਸ ਕੇ ਆਖਿਆ ਤੇਰੇ ਘਰ ਵਾਲੇ ਦੀ ਲੱਗੀ ਹੋਈ ਹੈ। ਚੈਰੀ ਨੇ ਮੁਸਕਰਾ ਕੇ ਆਖਿਆ ਸੋਹਣੀਆਂ ਚੀਜ਼ਾਂ ਨੂੰ ਅਸੀਂ ਨਜ਼ਰ ਨਹੀਂ ਲਾਉਂਦੇ। ਅਸੀਂ ਤਾਂ ਸੋ ਅਡਮਾਇਰ ਕਰਦੇ ਹਾਂ। ਆਨੰਦ ਨੇ ਹੱਸ ਕੇ ਆਖਿਆ ਆਪਣੇ ਨਾਲ ਲਿਆਂਦੇ ਫਰੂਟ ਜਾਲੀ 'ਚ ਰੱਖ ਕੇ ਗੈਟ ਵੈਲ ਦਾ ਕਾਰਡ ਚੈਰੀ ਨੂੰ ਦੇ ਕੇ ਕੁਝ ਰਿੱਦਰ ਉੱਦਰ ਦੀਆਂ ਗੱਲਾਂ ਕਰਕੇ ਪੂਜਾ ਤੇ ਆਨੰਦ ਉੱਥੋਂ ਆ ਗਏ। ਜਦੋਂ ਹਸਪਤਾਲ ਦੀਆਂ ਪੌੜੀਆਂ ਉਤਰ ਰਹੇ ਸਨ ਤਾਂ ਪ੍ਰਕਾਸ਼ ਪੌੜੀਆਂ ਚੜ੍ਹ ਰਿਹਾ ਸੀ। ਪਲ ਦੇ ਪਲੋ ਇੱਕ ਦੂਜੇ ਨੂੰ ਮਿਲੇ ਤੇ ਫਿਰ ਪ੍ਰਕਾਸ਼ ਹਸਪਤਾਲ ਦੇ ਅੰਦਰ ਚਲਾ ਗਿਆ ਤੇ ਆਨੰਦ ਤੇ ਪੂਜਾ ਘਰ ਚ ਬੈਠ ਗਏ। ਪੂਜਾ ਨੂੰ ਕੋਠੀ ਲਾ ਕੇ ਆਨੰਦ ਦਫ਼ਤਰ ਚਲਾ ਗਿਆ। ਉਧਰ ਕਮਰੇ 'ਚ ਪਹੁੰਚਣ ਮਗਰੋਂ ਪ੍ਰਕਾਸ਼ ਨੂੰ ਚੈਰੀ ਨੇ ਦੱਸਿਆ ਕਿ ਪੂਜਾ ਤੇ ਆਨੰਦ ਆਏ ਸੀ। ਹਾਂ ਮੈਨੂੰ ਆਉਂਦੇ ਨੂੰ ਮਿਲੇ ਸੀ। ਸੇਲੀ ਤਾਂ ਤੇਰੀ ਸਾਉ ਲੱਗਦੀ ਹੈ। ਪਰ ਪੁਲਸੀਆ ਬੜਾ ਸ਼ਰੂਡ ਲੱਗਦਾ ਹੈ। ਪ੍ਰਕਾਸ਼ ਨੇ ਆਖਿਆ ਕੰਪੁਗਦਾ ਹੈ ਜੇਲ੍ਹ ਸ਼ਰੀ ਨੇ ਘੜੀਵਾਲ ਦੇਖਦੇ ਆ ਪੁੱਛਿਆ ਇੱਕ ਦੋ ਜ਼ਰੂਰੀ ਕੰਮ ਪੂਗਤਾ ਵੀ ਆਇਆ ਇੱਕ ਦੋ ਵਿੱਚੇ ਹੀ ਨੇ ਸ਼ਾਮ ਨੂੰ ਫੇਰ ਜਾਣਾ ਪਏਗਾ ਇਨਕੁਆਇਰੀ ਕਰਨੀ ਹੈ ਕਿ 14 ਨੰਬਰ ਬੈਰਕ ਵਿੱਚ ਨਸ਼ੇ ਦੀਆਂ ਗੋਲੀਆਂ ਕਿੱਥੋਂ ਤੇ ਕਿਵੇਂ ਪਹੁੰਚੀਆਂ ਜੇ ਚੈੱਕ ਨਾ ਕੀਤਾ ਗਿਆ ਤਾਂ ਇਹ ਬਿਮਾਰੀ ਹੋਰਨਾਂ ਨੂੰ ਵੀ ਲੱਗ ਸਕਦੀ ਹੈ ਪਤਾ ਨਹੀਂ ਕਿਉਂ ਪੈਸੇ ਦੀ ਖਾਤਰ ਲੋਕ ਆਪਣੀ ਜ਼ਮੀਰ ਵੀ ਵੇਚ ਦਿੰਦੇ ਨੇ ਲੋਕਾਂ ਦੀ ਜਾਨ ਤੱਕ ਦੀ ਪਰਵਾਹ ਨਹੀਂ ਕਰਦੇ ਇੱਕ ਵਾਰੀ ਇਹ ਨਸ਼ੇ ਲੱਗ ਜਾਣ ਇਹ ਬੰਦੇ ਨੂੰ ਖਤਮ ਕਰ ਦਿੰਦੇ ਨੇ ਪ੍ਰਕਾਸ਼ ਬੜਾ ਚਿੰਤਾਤੂਰ ਹੋ ਕੇ ਦੱਸ ਰਿਹਾ ਸੀ ਫਿਰ ਉਹਨੇ ਚੈਰੀ ਵੱਲ ਧਿਆਨ ਨਾਲ ਦੇਖਦੇ ਆ ਪੁੱਛਿਆ ਹੁਣ ਕੈਸੀ ਤਬੀਅਤ ਹੈ ਡਾਕਟਰ ਰਾਉਂਡ ਲਾ ਗਿਆ ਕਿ ਨਹੀਂ ਜਦੋਂ ਟੀਕੇ ਦਾ ਅਸਰ ਘਟਦਾ ਹੈ ਤਾਂ ਬਾਹਾਂ 'ਚ ਬੜਾ ਦਰਦ ਹੋਣ ਲੱਗ ਜਾਂਦਾ ਹੈ ਹੁਣ ਵੀ ਬੜੀ ਵੀਕਨੈਸ ਮਹਿਸੂਸ ਹੋ ਰਹੀ ਹੈ ਬੱਚੇ ਤਾਂ ਠੀਕ ਠਾਕ ਸਕੂਲ ਜਾ ਰਹੇ ਨੇ ਨਾ ਚੈਰੀ ਨੇ ਆਖਿਆ ਆਪਾਂ ਡਾਕਟਰ ਨੂੰ ਆ ਕੇ ਛੁੱਟੀ ਨਾ ਲੈ ਲਈਏ ਇੰਜੈਕਸ਼ਨ ਲਾਉਣ ਜੇਲ ਦਾ ਡਾਕਟਰ ਹੀ ਆ ਜਾਇਆ ਕਰੇਗਾ ਤੂੰ ਘਰ 'ਚ ਹੋਵੇਂ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਪ੍ਰਕਾਸ਼ ਬੋਲਿਆ ਸੈੱਟ ਹੋਣ ਮਗਰੋਂ ਤੇ ਪਲਸਤਰ ਲਗਣ ਮਗਰੋਂ ਬਾਹਾਂ ਚ ਦਰਦ ਨਹੀਂ ਹੋਣਾ ਚਾਹੀਦਾ ਹਾਂ ਸੱਚ ਤੁਸੀਂ ਮੇਰੀ ਐਪਲੀਕੇਸ਼ਨ ਭੇਜ ਦਿੱਤੀ ਸੀ ਤੇ ਪ੍ਰਿੰਸੀਪਲ ਨੂੰ ਫੋਨ ਵੀ ਕਰਨਾ ਸੀ ਫੋਨ ਕਰ ਦਿੱਤਾ ਸੀ ਐਪਲੀਕੇਸ਼ਨ ਵੀ ਭੇਜ ਦਿੱਤੀ ਸੀ ਪ੍ਰਿੰਸੀਪਲ ਆਗਦੀ ਸੀ ਮੈਂ ਆਵਾਂਗੀ ਪਤਾ ਕਰਨ ਪ੍ਰਕਾਸ਼ ਨੇ ਕਿਹਾ ਉੱਪਰੋਂ ਤਾਂ ਤੁਹਾਡੀ ਪ੍ਰਿੰਸੀਪਲ ਬਥੇਰੀ ਮਿੱਠੀ ਹੈ ਅਸਲ ਚ ਇਹੋ ਜਿਹੇ ਲੋਕ ਕਾਮਯਾਬ ਰਹਿੰਦੇ ਨੇ ਚੈਰੀ ਬੋਲੀ ਉੱਪਰੋਂ ਤਾਂ ਦੇਖ ਕੇ ਆਨੰਦ ਸਾਹਿਬ ਨੂੰ ਵੀ ਕੋਈ ਪੁਲਿਸ ਦਾ ਬੰਦਾ ਨਹੀਂ ਆਖ ਸਕਦਾ ਬੜਾ ਸੋਫਿਸਟੀਕੇਟਿਡ ਹੈ ਪ੍ਰਕਾਸ਼ ਨੇ ਆਖਿਆ ਤਾਈ ਦਾ ਐਡਾ ਕਾਮਯਾਬ ਹੈ ਇੱਕ ਕੋਠੀ ਚੰਡੀਗੜ੍ਹ ਬਣਾ ਛੱਡੀ ਹੈ ਇੱਕ ਫਲੈਟ ਦਿੱਲੀ ਚ ਹੈ ਹਾਲਾਂਕਿ ਸਿੰਗਲ ਸੈਲਰੀ ਹੈ ਪੂਜਾ ਕੋਈ ਨੌਕਰੀ ਵੀ ਨਹੀਂ ਕਰਦੀ ਦੋਵੇਂ ਜਣੇ ਨੌਕਰੀ ਕਰਦੇ ਆ ਫਿਰ ਵੀ ਸੰਗ ਸਰਫੇ ਨਾਲ ਘਰ ਚਲਾਈਦਾ ਹੈ ਚੈਰੀ ਨੇ ਜਿਵੇਂ ਗਿਲਾ ਕੀਤਾ ਕੋਠੀਆਂ ਬਣਾਉਣ ਜਾਂ ਪੈਸੇ ਕਮਾਉਣ ਸ੍ਰੀ ਅਨੰਦ ਸਾਹਿਬ ਦੀ ਕੋਈ ਕੰਟਰੀਬਿਊਸ਼ਨ ਨਹੀਂ ਇਹ ਤਾਂ ਦੋ ਨੰਬਰ ਦੀ ਕਮਾਈ ਹੈ ਧਰਮ ਛੱਡ ਤਨ ਕੋਈ ਖਾਏ ਪ੍ਰਕਾਸ਼ ਨੇ ਦੱਸਿਆ ਪੁੱਛ ਲਓ ਫਿਰ ਡਾਕਟਰ ਨੂੰ ਜੇ ਛੁੱਟੀ ਦਿੰਦਾ ਮੇਰਾ ਵੀ ਇੱਥੇ ਹਸਪਤਾਲ 'ਚ ਦਮ ਘੁੱਟਦਾ ਚੈਰੀ ਨੇ ਆਖਿਆ ਪ੍ਰਕਾਸ਼ ਜਾ ਕੇ ਡਾਕਟਰ ਨੂੰ ਮਿਲਿਆ ਉਹਨੇ ਕਮਰੇ 'ਚ ਆ ਕੇ ਚੈਰੀ ਦਾ ਹਾਲਚਾਲ ਪੁੱਛਿਆ ਰਿਪੋਰਟ ਲਿਖੀ ਹਸਪਤਾਲ ਦਾ ਬਿੱਲ ਤੇ ਰਿਲੀਵਿੰਗ ਚਿੱਟ ਦੇ ਦਿੱਤੀ ਪੈਸੇ ਜਮ੍ਹਾਂ ਕਰਾ ਕੇ ਉਹ ਚੈਰੀ ਕੋਲ ਆ ਗਿਆ ਤੇ ਦੋ ਨਰਸਾਂ ਸਹਾਰਾ ਦੇ ਕੇ ਉਹਨੂੰ ਘਰ ਤੱਕ ਛੱਡ ਗਈਆਂ ਘਰ ਪਹੁੰਚ ਕੇ ਚੈਰੀ ਨੂੰ ਅਜੀਬ ਕਿਸਮ ਦਾ ਅਹਿਸਾਸ ਹੋਇਆ ਕਿ ਐਕਸੀਡੈਂਟ ਵਿੱਚ ਮੈਂ ਮਰ ਵੀ ਸਕਦੀ ਸੀ ਇਹੀ ਸੋਚ ਕੇ ਉਹਨੂੰ ਪ੍ਰਕਾਸ਼ ਆਪਣਾ ਘਰ ਵੇਲ ਬੂਟੇ ਇੱਥੋਂ ਤੱਕ ਕਿ ਬੱਚੇ ਵੀ ਹੋਰ ਹੀ ਤਰ੍ਹਾਂ ਦੇ ਦਿਸੇ ਉਹਨੇ ਜਿਵੇਂ ਆਪਣੀਆਂ ਹੀ ਸੋਚਾਂ ਤੋਂ ਖਬਰਾ ਕੇ ਇੱਕ ਤੇਜ਼ ਨੀਂਦ ਦੀ ਗੋਲੀ ਲੈ ਲਈ ਤੇ ਬਿਸਤਰੇ 'ਚ ਪਈ ਦੀ ਹੀ ਉਹਦੀ ਅੱਖ ਲੱਗ ਗਈ ਉਹਨੂੰ ਸੁੱਤੀ ਦੇਖ ਨੌਕਰ ਨੂੰ ਉਹਦਾ ਖਿਆਲ ਰੱਖਣ ਲਈ ਆ ਕੇ ਬੱਚਿਆਂ ਨੂੰ ਸ਼ੋਰ ਨਾ ਕਰਨ ਲਈ ਕਹਿ ਕੇ ਪ੍ਰਕਾਸ਼ ਮੋੜ ਆਪਣੇ ਦਫ਼ਤਰੋਂ ਚਲਾ ਗਿਆ ਬੱਚੇ ਵਾਰੋ-ਵਾਰੀ ਆ ਕੇ ਮਾਂ ਨੂੰ ਸੁੱਤੀ ਦੇਖ ਆਪਣੇ ਕਮਰੇ 'ਚ ਜਾ ਕੇ ਟੀਵੀ ਦੇਖਣ ਲੱਗ ਪਏ ਦੋ ਕੁ ਵਾਰੀ ਨੌਕਰ ਵੀ ਚੱਕਰ ਮਾਰ ਗਿਆ ਸੀ ਪਰ ਉਹ ਘੋਕ ਸੁੱਤੀ ਸੀ ਆਥਣੇ ਜੇ ਚੈਰੀ ਦੀ ਜਾਗ ਖੁੱਲੀ ਉਹ ਨੂੰ ਇਹ ਭੁੱਲ ਗਿਆ ਸੀ ਕਿ ਸਵੇਰ ਹੈ ਕਿ ਆਥਣ ਹੈ ਉਹਨੇ ਆਲੇ ਦੁਆਲੇ ਨਜ਼ਰ ਘੁਮਾਈ ਸਰਾਣੇ ਫੁੱਲਦਾਨ ਚ ਗੁਲਾਬ ਦੀਆਂ ਡੋਡੀਆਂ ਦਾ ਵੱਡਾ ਸਾਰਾ ਗੁਲਦਸਤਾ ਪਿਆ ਸੀ ਬਹਾਦਰ ਉਹਨੇ ਨੌਕਰ ਨੂੰ ਆਵਾਜ਼ ਮਾਰੀ ਚੁੱਪਚਾਪ ਨੌਕਰ ਉਹਦੇ ਸਾਹਮਣੇ ਆ ਖੜਾ ਹੋਇਆ ਬਹਾਦਰ ਕਿੰਨੇ ਵਜੇ ਨੇ ਚੈਰੀ ਨੇ ਪੁੱਛਿਆ ਸ਼ਾਮ ਕੇ 4 ਵਜਨੇ ਕੋ ਬਹਾਦਰ ਬੋਲੇ ਸਾਬ ਦਫਤਰ ਚਲੇਗੇ चैरी ने पूछा वो तो कबी के गए हुए हैं कहते थे कोई काम है तो फ़ोन कर लेना शायद देर से आएंगे जेल में झगड़ा हो गया किसी बात का बहादुर आप दसी गया ये फुल कितों आ गए चैरी ने सराहाने पे फुल्ला वाले इशारा करके पूछा पुलिस का कोई आदमी था कह रहे थे हमारे साहब ने भेजे हैं मैंने पूछा भी कौन साहब कहने लगा आपका साहब और मेम साहब जानते हैं ਬਹਾਦਰ ਦੀ ਗੱਲ ਤੋਂ ਬਿਨਾਂ ਹੀ ਚੈਰੀ ਸਮਝ ਗਈ ਸੀ ਕਿ ਫੁੱਲ ਐਸਪੀ ਆਨੰਦ ਨੇ ਭੇਜੇ ਆ। ਉਹਨੂੰ ਇਹ ਗੱਲ ਬੜੀ ਚੰਗੀ ਲੱਗੀ। ਪ੍ਰਕਾਸ਼ ਦੇਰ ਤੱਕ ਘਰ ਨਹੀਂ ਸੀ ਮੁੜਿਆ। ਚੈਰੀ ਦੀ ਬਾਹਂ ਚ ਫੇਰ ਦਰਦ ਹੋ ਰਿਹਾ ਸੀ। ਪੂਜਾ ਨੇ ਫੋਨ ਕੀਤਾ ਕਿ ਹਾਲ ਹੈ ਚੈਰੀ ਨੇ ਦੱਸਿਆ ਦਰਦ ਹੁੰਦਾ ਹੈ। ਇਹਦਾ ਮਤਲਬ ਹੈ ਬਾਹਂ ਠੀਕ ਨਹੀਂ ਜੁੜੀ। ਨਹੀਂ ਤਾਂ ਸੈੱਟ ਕਰਕੇ ਪਲਸਟਰ ਲਾਉਣ ਮਗਰੋਂ ਦਰਦ ਖਤਮ ਹੋ ਜਾਂਦਾ ਹੈ। ਤੂੰ ਐਕਸ-ਰੇ ਕਰਵਾ ਕੇ ਦੇਖਣਾ ਸੀ ਪੂਜਾ ਬੋਲੀ। ਪੂਜਾ ਦੇ ਫੋਨ ਤੋਂ ਮਗਰੋਂ ਚੈਰੀ ਸੋਚਦੀ ਰਹੀ ਲੋਕਾਂ ਨੂੰ ਤਾਂ ਮੇਰਾ ਫਿਕਰ ਹੈ ਇਹਨਾਂ ਨੂੰ ਨਹੀਂ। ਉਨੇ ਡਾਕਟਰ ਨੂੰ ਫੋਨ ਕੀਤਾ ਤੇ ਦੱਸਿਆ ਕਿ ਬਾਹਾਂ ਚ ਬਹੁਤ ਦਰਦ ਹੈ ਕੋਈ ਨਹੀਂ ਕੱਲ ਨੂੰ ਐਕਸ-ਰੇ ਕਰਕੇ ਦੇਖ ਲਾਂਗੇ ਡਾਕਟਰ ਨੇ ਸਹਿਜ ਭਾਣ ਨਾਲ ਦੱਸਿਆ ਚੈਰੀ ਨੂੰ ਲੱਗਿਆ ਪ੍ਰਕਾਸ਼ ਲਈ ਜਨ ਡਾਕਟਰ ਲਈ ਇਹ ਕੋਈ ਖਾਸ ਗੱਲ ਨਹੀਂ ਇਹ ਤਾਂ ਮੈਂ ਹੀ ਜਾਣਦੀ ਹਾਂ ਕਿੰਨੀ ਤਕਲੀਫ ਹੈ ਉਹਨੇ ਪੇਨ ਕਿਲਰ ਦੀ ਖੁਰ ਗੋਲੀ ਲੈ ਲਈ ਤੇ ਖਾਲੀ-ਖਾਲੀ ਨਜ਼ਰਾਂ ਨਾਲ ਕਮਰੇ ਦੀ ਛੱਤ ਵੱਲ ਦੇਖਦੀ ਰਹੀ ਹਨੇਰੇ ਹੋਏ ਪ੍ਰਕਾਸ਼ ਆਇਆ ਬੱਚਿਆਂ ਨਾਲ ਮਿਲ ਕੇ ਰੋਟੀ ਖਾਦੀ ਉਸ ਲਈ ਨੌਕਰ ਦਲੀਆ ਲੈ ਆਇਆ ਪ੍ਰਕਾਸ਼ ਨੂੰ ਇਹ ਭੁੱਲ ਗਿਆ ਸੀ ਕਿ ਚੈਰੀ ਨੂੰ ਇੰਨੀ ਤਕਲੀਫ ਹੈ ਉਹ ਜੇਲ੍ਹ ਦੀਆਂ ਜੇਲ੍ਹ ਚ ਕੈਦੀਆਂ ਦੀਆਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਕੌੜੀਆਂ ਕਸੈਲੀਆਂ ਗੱਲਾਂ ਕਰਦਾ ਰਿਹਾ ਉਹ ਇਹਨਾਂ ਗੱਲਾਂ ਨੂੰ ਇੰਨਾ ਮਹਿਸੂਸ ਕਰ ਰਿਹਾ ਸੀ ਜਿਵੇਂ ਅਫਸਰ ਨਾ ਹੋ ਕੇ ਉਹ ਆਪ ਵੀ ਇੱਕ ਉਹਨਾਂ ਦੇ ਨਾਲ ਦਾ ਕੈਦੀ ਹੋਵੇ ਚੈਰੀ ਨੂੰ ਇਹ ਸਭ ਗੱਲਾਂ ਬੜੀਆਂ ਫਜ਼ੂਲ ਲੱਗਦੀਆਂ ਸੀ ਹੁਣ ਤਾਂ ਕੁਝ ਠੀਕ ਹੋ ਉਹਨੇ ਚੈਰੀ ਨੂੰ ਪੁੱਛਿਆ ਚੈਰੀ ਨੇ ਕੋਈ ਉੱਤਰ ਨਾ ਦਿੱਤਾ ਪਰ ਮਨ ਚ ਆਖਿਆ ਤੁਹਾਨੂੰ ਇਸ ਨਾਲ ਕੀ ਫਰਕ ਪੈਂਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਜੇਲ੍ਹ 'ਚ ਇੰਨਾ ਕੁਝ ਹੋਣ ਲੱਗ ਪਿਆ। ਨਸ਼ਾ ਪੱਤਾ ਪਾਣੀ 'ਚ ਘੋਲ ਕੇ ਪਾਣੀ ਦੇ ਬਹਾਨੇ ਹੀ ਦੇ ਦਿੱਤਾ ਜਾਂਦਾ ਹੈ। ਅਫੀਮ ਦੀਆਂ ਡਲੀਆਂ ਪੱਗਾਂ 'ਚ ਟੰਗ ਕੇ ਅੰਦਰ ਪਹੁੰਚ ਜਾਂਦੀਆਂ ਨੇ। ਸ਼ਰਾਬ ਟਟੀਆਂ 'ਚ ਵੜ ਕੇ ਪੀ ਜਾਂਦੇ ਨੇ। ਪਹਿਲਾਂ ਤਾਂ ਕੋਈ ਮੰਨੈ ਹੀ ਨਾ ਜਦੋਂ ਪੁਲਿਸ ਬੁਲਾ ਕੇ ਇੱਕ ਦੋ ਲਾਂਗਰੀਆਂ ਦੀਆਂ ਖੜਕਾਈ ਕੀਤੀ ਤਾਂ ਸਭ ਬੱਕ ਦਿੱਤਾ। ਇਉਂ ਚੀਜ਼ਾਂ ਪਹੁੰਚਾਉਣ ਵਾਲੇ ਲਾਂਗਰੀ ਮੁੰਡੇ ਤਾਂ ਮੈਂ ਸਸਪੈਂਡ ਕਰ ਆਇਆ। ਕੈਂਟੀਨ ਵਾਲਾ ਸਭ ਚੀਜ਼ਾਂ ਸਪਲਾਈ ਕਰਦਾ ਸੀ ਉਹਦੀ ਕੈਂਟੀਨ ਨੂੰ ਜੰਦਰਾ ਮਰਵਾ ਦਿੱਤਾ ਚੁਕਵਾਈ ਦੇਾਂਗੇ ਇੱਥੋਂ ਹੋਰ ਸਾਲਿਆਂ ਨੇ ਲਾਮਤਾਂ ਲੈ ਕੇ ਜਾਣਾ ਸੀ ਘਰਾਂ ਨੂੰ ਜੇ ਲਾਂਚ ਭੇਜੇ ਜਾਂਦੇ ਨੇ ਸੁਧਾਰ ਲਈ ਕੰਜਰ ਦੇ ਹੋਰ ਵਿਗੜ ਜਾਣਗੇ ਪ੍ਰਕਾਸ਼ ਆਪ ਮੁਹਾਰੇ ਦੱਸੀ ਜਾ ਰਿਹਾ ਸੀ ਕੱਲ ਸਵੇਰੇ ਐਕਸ-ਰੇ ਕਰਾਉਣਾ ਪਵੇਗਾ ਬਾਹਾਂ 'ਚ ਦਰਦ ਹੁੰਦੀ ਰਹੀ ਹੈ ਚੈਰੀ ਨੇ ਦੱਸਿਆ 8 ਵਜੇ ਚੱਲੇ ਚੱਲਾਂਗੇ 9 ਵਜੇ ਤਾਂ ਮੈਂ ਇਨਕੁਆਇਰੀ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ ਪ੍ਰਕਾਸ਼ ਨੇ ਦੱਸਿਆ ਡਾਕਟਰ ਤਾਂ ਲੇਟ ਆਉਂਦਾ ਚੈਰੀ ਬਲੀ ਸ਼ਾਮ ਨੂੰ ਕਰਵਾ ਲਵਾਂਗੇ ਐਕਸ-ਰੇ ਪ੍ਰਕਾਸ਼ ਬੋਲੇ ਚੈਰੀ ਨੂੰ ਬਹੁਤ ਗੁੱਸਾ ਲੱਗਾ ਕਿ ਮੇਰੇ ਐਕਸ-ਰੇ ਨਾਲੋਂ ਮੀਟਿੰਗ ਜ਼ਰੂਰੀ ਹੈ ਪਰ ਉਹ ਬੋਲੀ ਕੁਛ ਨਾ ਉੱਥੇ ਬੈਠਾ ਪ੍ਰਕਾਸ਼ ਪਹਿਲੇ ਅਖਬਾਰ ਦੇਖਦਾ ਰਿਹਾ ਫਿਰ ਇੱਕ ਦੋ ਫੋਨ ਕੀਤੇ ਫਿਰ ਬੱਚਿਆਂ ਦੇ ਕਮਰੇ 'ਚ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਖਾਣਾ ਖਾ ਲਿਆ ਤੇ ਹੋਮਵਰਕ ਕਰ ਲਿਆ ਚੈਰੀ ਨੇ ਨੀਂਦ ਦੀ ਗੋਲੀ ਲੈ ਲਈ ਤੇ ਪੰਜ ਸੱਤ ਮਿੰਟਾਂ ਮਗਰੋਂ ਸੌਂ ਵੀ ਗਈ ਰਾਤ ਨੂੰ ਇੱਕ ਵਾਰੀ ਬਾਹ ਦੇ ਦਰਦ ਨਾਲ ਉਹਨੂੰ ਫੇਰ ਜਾਗ ਆ ਗਈ ਉਹਨੇ ਇੱਕ ਹੋਰ ਪੇਨ ਕਿਲਰ ਖਾਦਾ ਤੇ ਸੋਚਾਂ ਜੀਆਂ ਚ ਘਿਰੀ ਬਾਰੀ ਚੋਂ ਦੂਰ ਦੂਰ ਦਿਸਦੀਆਂ ਬੱਤੀਆਂ ਵੱਲ ਝਾਕਦੀ ਰਹੀ ਪ੍ਰਕਾਸ਼ ਗਹਿਰੀ ਨੀਂਦ ਸੁੱਤਾ ਪਿਆ ਸੀ ਅਗਲੀ ਸਵੇਰ ਉਹ ਦੇਰ ਨਾਲ ਜਾਗੀ ਨੌਕਰ ਦੇ ਤਿਆਰ ਕਰਨ ਮਗਰੋਂ ਬੱਚੇ ਸਕੂਲ ਚਲੇ ਗਏ ਸਨ ਪਰ ਸ਼ਨਾ ਰਿਆ ਸੀ ਉਹਨੇ ਪੂਜਾ ਨੂੰ ਫੋਨ ਕੀਤਾ ਅਗੋਂ ਆਨੰਦ ਬੋਲਿਆ ਸੁਣਾਓ ਕੀ ਹਾਲ ਹੈ ਬਾਂਚ ਬੜਾ ਦਰਦ ਹੈ ਅਸੀਂ ਆਉਣੇ ਆ 10 ਵਜੇ ਪੂਜਾ ਆਪਣੇ ਪਾਠ ਪੂਜਾ ਤੋਂ ਵੇਲੇ ਹੋ ਜਾਏ ਆਨੰਦ ਨੇ ਦੱਸਿਆ ਅਗੋਚੈਰੀ ਨੇ ਕੁਝ ਨਾ ਆਖਿਆ ਤੇ ਫੋਨ ਬੰਦ ਕਰ ਦਿੱਤਾ ਨਾ ਤੋਕੇ ਤਿਆਰ ਹੋ ਕੇ ਪ੍ਰਕਾਸ਼ ਦਫਤਰ ਚਲਾ ਗਿਆ ਜਾਣ ਤੋਂ ਪਹਿਲਾਂ ਉਹ ਚੈਰੀ ਦੀ ਦਵਾਈ ਫਰੂਟ ਤੇ ਬਿਸਕਟ ਲੈ ਕੇ ਰੱਖ ਗਿਆ ਨੌਕਰ ਨੂੰ ਤਾਕੀਦ ਕਰਕੇ ਗਿਆ ਕਿ ਮੈਮ ਸਾਬ ਨੂੰ ਜੂਸ ਤੇ ਫਰੂਟ ਦਿੰਦਾ ਰਹੇ ਨਹੀਂ ਤਾਂ ਪੇਨ ਕਿਲਰ ਖਾ ਖਾ ਇਹਨੂੰ ਚੱਕਰ ਆਉਣ ਲੱਗ ਪੈਣਗੇ ਅਗਰ ਕੋਈ ਪਤਾ ਸਤਾ ਲੈਣ ਆਇਆ ਤਾਂ ਬਿਸਕਟ ਲਾ ਕੇ ਚਾਹ ਪਿਲਾ ਦੇ ਪ੍ਰਕਾਸ਼ ਤੇ ਜਾਨਮਗਰੂਨ ਚੈਰੀ ਨੇ ਹੌਲੀ-ਹੌਲੀ ਉੱਠ ਕੇ ਖੱਬੇ ਹੱਥ ਨਾਲ ਹੀ ਮੂੰਹ ਧੋਤਾ, ਬ੍ਰਸ਼ ਕੀਤਾ, ਹਲਕੀ ਜਿਹੀ ਮੇਕਅਪ ਕੀਤੀ। ਮਾਲੀ ਦੀ ਘਰ ਵਾਲੀ ਨੂੰ ਬੁਲਾ ਕੇ ਕੱਪੜੇ ਬਦਲੇ ਵਾੜਵਾਏ। ਮਗਰੂਚਾ ਪੀਤੀ, ਨਾਲ ਮੱਖਣ ਲਾ ਕੇ ਦੋ ਟੋਸਟ ਲਏ। ਬਾਹਾਂ 'ਚ ਦਰਦ ਫੇਰ ਸ਼ੁਰੂ ਹੋ ਗਿਆ ਸੀ। ਸ਼ਾਇਦ ਪੇਨਕিলার ਦਾ ਅਸਰ ਮੁੱਕ ਗਿਆ ਸੀ। ਇੰਨੇ ਸਾਰੇ ਪੇਨਕিলার ਖਾ-ਖਾ ਕੇ ਜੀਜਾ ਕੱਚਾ ਹੋਣ ਲੱਗ ਪਿਆ ਸੀ। ਉਹਨੇ ਬਹਾਦਰ ਨੂੰ ਪਾਣੀ ਦਾ ਗਲਾਸ ਦੇਣ ਲਈ ਆਖਿਆ। ਕੁਦਿੰਬਾਰ ਲੇ ਬੂਏ ਦੀ ਬੱਲ ਵੱਜੀ ਪਾਣੀ ਦੇਣ ਦੀ ਥਾਂ ਬਾਦਰ ਬੂਆ ਖੋਲਣ ਚਲਾ ਗਿਆ ਐਸਪੀ ਆਨੰਦ ਤੇ ਪੂਜਾ ਆਏ ਸਨ ਨਾਲ ਉਹਨਾਂ ਦੇ ਇੱਕ ਬਜ਼ੁਰਗ ਮੁਸਲਮਾਨ ਸੀ ਜਿਨੇ ਹੱਥ 'ਚ ਇੱਕ ਛੋਟਾ ਜਿਹਾ ਝੋਲਾ ਫੜਿਆ ਸੀ ਦੁਆ ਸਲਾਮ ਤੋਂ ਮਗਰੋਂ ਤਿੰਨ ਜਣੇ ਚੈਰੀ ਦੇ ਬੈੱਡ ਦੇ ਕੋਲ ਬੈਠ ਗਏ ਚਾ ਪੀਓਗੇ ਚੈਰੀ ਨੇ ਪੁੱਛਿਆ ਨਹੀਂ ਸ਼ੇਖ ਸਾਹਿਬ ਨੂੰ ਮਲੇਰ ਕੋਟਲੇ ਤੋਂ ਲਿਆਂਦਾ ਏਸ ਲਈ ਦੇਰ ਹੋ ਗਈ ਹੱਡੀਆਂ ਦੇ ਬਹੁਤ ਮਾਰਨੇ ਐਸਪੀ ਆਨੰਦ ਨੇ ਦੱਸਿਆ ਬੈਠੇ ਹੋ ਜਾਓ ਦਿਖਾਓ ਜ਼ਰਾ ਬਾਂ ਸ਼ੇਖ ਸਾਹਿਬ ਨੇ ਕੁਰਸੀ ਚੈਰੀ ਦੇ ਮੰਝੇ ਦੇ ਕੋਲ ਕਰਦੇ ਆਖਿਆ ਪਲਸਤਰ ਵਾਲੀ ਬਾਹ ਨੂੰ ਟੋ ਕੇ ਵੇਖਣ ਤੋਂ ਮਗਰੋਂ ਸ਼ੇਖ ਸਾਹਿਬ ਨੇ ਆਖਿਆ ਖੋਲ ਕੇ ਬੰਨਣੀ ਪੈਗੀ ਕਿਲੋ ਖੰਡ ਕੋਸੇ ਪਾਣੀ ਚ ਘੋਲ ਕੇ ਤੇ ਚੈਰੀ ਦੀ ਪਲਸਤਰ ਵਾਲੀ ਬਾਹ ਨੂੰ ਚਿਰਮਚੀ ਚ ਰੱਖ ਕੇ ਖੰਡ ਦਾ ਪਾਣੀ ਪਾ ਪਾ ਕੇ ਪਲਸਤਰ ਉਧੇੜਿਆ ਗਿਆ ਸਾਰਾ ਪਲਸਤਰ ਉਧੜ ਜਾਣ ਮਗਰੋਂ ਬਾਹ ਨੂੰ ਪਤਲੇ ਕਪੜੇ ਨਾਲ ਪਹੁੰਚ ਕੇ ਇੱਕ ਦੋ ਥਾਂ ਤੋਂ ਟੋ ਕੇ ਸ਼ੇਖ ਸਾਹਿਬ ਨੇ ਦੱਸਿਆ ਬਾਹ ਪੁੱਠੀ ਜੋੜੀ ਗਈ ਸੀ ਜਿਸ ਕਰਕੇ ਇੰਨੀ ਤਕਲੀਫ ਹੋ ਰਹੀ ਸੀ ਮਗਰੋਂ ਇੱਕ ਪਾਸੇ ਤੋਂ ਚੈਰੀ ਦੀ ਬਾਹ ਪੂਜਾ ਨੇ ਫੜੀ ਇੱਕ ਪਾਸੇ ਤੋਂ ਐਸਪੀ ਆਨੰਦ ਨੇ ਸ਼ੇਖ ਸਾਹਿਬ ਨੇ ਤੇਲ ਲਾ ਕੇ ਹੌਲੀ ਜੀ ਮਲ ਕੇ ਪਹਿਲੇ ਬਾਹ ਸਿੱਧੀ ਕਰਕੇ ਜੋੜੀ ਮਗਰੋਂ ਫੱਟੀਆਂ ਰੱਖ ਕੇ ਪੱਟੀਆਂ ਬੰਨੀਆਂ ਤਕਲੀਫ ਨਾਲ ਚੈਰੀ ਦੀ ਜਾਨ ਨਿਕਲਦੀ ਜਾਂਦੀ ਸੀ ਪਰ ਉਹ ਆਨੰਦ ਦੇ ਸਾਹਮਣੇ ਉੱਚੀ ਉੱਚੀ ਚੀਕਾਂ ਮਾਰ ਕੇ ਨਹੀਂ ਸੀ ਰੋਈ ਬਾਹ ਬੰਨ ਦੇਣ ਮਗਰੋਂ ਪੂਜਾ ਤੇ ਐਸਪੀ ਆਨੰਦ ਚੈਰੀ ਦੀ ਬਾਹ ਦਾ ਐਕਸ-ਰੇ ਕਰਵਾ ਕੇ ਲਿਆਏ ਬਾਹ ਠੀਕ ਬੰਨੀ ਗਈ ਸੀ ਇਸ ਗੱਲ ਦੀ ਤਸੱਲੀ ਕਰ ਲੈਣ ਮਗਰੋਂ ਨਾਮ ਕਰਦੇ ਸ਼ੇਖ ਸਾਹਿਬ ਨੂੰ 200 ਰੁਪਏ ਦੇ ਕੇ ਐਸਪੀ ਆਨੰਦ ਨੇ ਆਪਣੀ ਗੱਡੀ ਉੱਤੇ ਮਲੇਰ ਕੋਟਲੇ ਛੱਡ ਆਉਣ ਲਈ ਭੇਜ ਦਿੱਤਾ ਸੀ ਕੁਛ ਚੇਰੋ ਚੈਰੀ ਕੋਲ ਬੈਠੇ ਰਹੇ ਸਨ ਫਿਰ ਫੋਨ ਕਰਕੇ ਐਸਪੀ ਆਨੰਦ ਨੇ ਜਾਣ ਲਈ ਦਫ਼ਤਰ ਦੀ ਗੱਡੀ ਮੰਗਵਾ ਲਈ ਸੀ ਜਾਣ ਲੱਗਿਆਂ ਦਾ ਚੈਰੀ ਨੇ ਤਹਿ ਦਿਲੋਂ ਧੰਨਵਾਦ ਕੀਤਾ ਤੂੰ ਸਾਨੂੰ ਬਗਾਨੇ ਸਮਝਦੀ ਹੈ ਜੋ ਇਉਂ ਥੈਂਕ ਯੂ ਥੈਂਕ ਯੂ ਕਰਨ ਲੱਗ ਪਈ ਹੈ ਪੂਜਾ ਨੇ ਛਿੜਕਣ ਵਾਂਗ ਆਖਿਆ ਤੁਸੀਂ ਨਾ ਆਉਂਦੇ ਪਤਾ ਹੀ ਨਹੀਂ ਸੀ ਲੱਗਣਾ ਕਿ ਬਾਹ ਪੁੱਠੇ ਬੰਨੀ ਗਈ ਹੈ ਤੇ ਨਾ ਹੀ ਕਿਸੇ ਨੂੰ ਇਹ ਖਬਰ ਸੀ ਕਿ ਮੈਨੂੰ ਇਨੀ ਤਕਲੀਫ ਹੋ ਰਹੀ ਹੈ ਚੈਰੀ ਬੋਲੀ ਕੋਈ ਹੋਰ ਲੋੜ ਹੋਏ ਫੋਨ ਕਰ ਲੈਣਾ ਜਾਣ ਵੇਲੇ ਐਸਪੀ ਆਨੰਦ ਨੇ ਆਖਿਆ ਪ੍ਰਕਾਸ਼ ਭਾਈ ਸਾਹਿਬ ਕਿਧਰੇ ਬਾਹਰ ਗਏ ਹੋਏ ਨਹੀਂ ਪੂਜਾ ਨੇ ਪੁੱਛਿਆ ਨਹੀਂ ਦਫਤਰ ਕੋਈ ਪ੍ਰੋਬਲਮ ਹੋ ਗਈ ਹੈ ਉੱਥੇ ਜ਼ਰੂਰੀ ਮੀਟਿੰਗ ਤੇ ਗਏ ਨੇ ਚੈਰੀ ਨੇ ਆਖਿਆ ਪੂਜਾ ਤੇ ਆਨੰਦ ਚਲੇ ਗਏ ਪਰ ਚੈਰੀ ਬਹੁਤ ਚਿਰ ਉਹਨਾਂ ਬਾਰੇ ਸੋਚਦੀ ਰਹੀ ਧੰਨਵਾਦ